ਸਾਸਰੇ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਸੀ ਟੀਵੀ ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰੀਅਲ اسٹیਟ ਬ੍ਰੋਕਰ ਮੋਹਨ ਚੀਮਾ ਰੀਅਲ اسٹیਟ ਦੀ ਦੁਨੀਆ ਦੇ ਵਿੱਚ ਮਨਿਆ ਪਰ ਮਨਿਆ ਨਾਮ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਯੂਕੇ ਤੋਂ ਉਡਾਣਾ ਤੇ ਮੰਮਤਾ ਬਾਨਰਜੀ ਨੇ ਲਾਇਆ ਬੈਨ ਕਲਕੱਤਾ ਨਹੀਂ ਉਤਰੇਗੀ ਕੋਈ ਫਲਾਈਟ ਅਮੀਰਾਟ ਅਲਾਈਐਂਸ ਨੇ ਅਗਲੇ ਨੋਟਿਸ ਤੱਕ 8 ਸਥਾਨਾਂ ਤੋਂ ਉਡਾਣਾਂ ਤੇ ਲਗਾਈ ਰੋਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਜਵਦ ਕੀਤੇ 28000 ਤੋਂ ਵੱਧ ਚਾਕੂ ਯੂਕਰੇਨ ਰੂਸ ਦੇ ਵਿੱਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡਨ ਤੇ ਪੁਤਿਨ ਕੈਨੇਡਾ ਦੇ ਵਿੱਚ 4 ਭਾਰਤੀਆਂ ਨੂੰ 135 ਲੋਕਾਂ ਨੂੰ ਦਿੱਤਾ ਜਾਵੇਗਾ ਆਰਡਰ ਆਫ ਕੈਨੇਡਾ ਖਿਤਾਬ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਕਰਾਮੈਂਟੋ ਚ ਹੋਇਆ ਸਮਾਗਮ ਗੁਰਦੁਆਰਾ ਸ਼੍ਰੀਨਨ ਕਾਨਾ ਸਾਹਿਬ ਦੇ ਹੈੱਡ ਗ੍ਰੰਥੀ ਰਵੇਲ ਸਿੰਘ ਦਾ ਦੇਹਾਂਤ ਅਮਰੀਕਾ ਜਾਲਸ ਨੇ 40 ਲੱਖ ਅਮਰੀਕੀ ਡਾਲਰ ਦੀ ਹੈਰੋਇਨ ਕੀਤੀ ਜ਼ਬਤ ਰਾਜੇਵਾਲ ਨੇ ਰਵਾਇਤੀ ਪਾਰਟੀਆਂ ਤੇ ਲਾਇਵ ਵੱਡੇ ਇਲਜ਼ਾਮ ਕਿਹਾ ਪੰਜਾਬ ਨੂੰ ਬਚਾਉਣ ਲਈ ਲੋਕ ਬਣਾਉਣ ਲਹਿਰ ਪੰਜਾਬ ਦੇ ਵਿੱਚ ਭਾਜਪਾ ਦੀ ਸੱਜikal ਸਟ੍ਰਾਈਕ ਚਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮੀਕਰਨ ਦੇ ਵਾਦੇ ਮਾਮਲਿਆਂ ਦੇ ਨਾਲ ਕਰੋਨਾ ਦੇ ਇਸ ਨਵੇਂ ਰੂਪ ਦਾ ਖਸ਼ਾ ਦੇਸ਼ ਦੇ ਵਿੱਚ ਵੱਧਦਾ ਜਾ ਰਿਹਾ ਹੈ ਇਸੇ ਦੇ ਧਿਆਨ ਦੇ ਵਿੱਚ ਮਮਤਾ ਬੇਨਰਜੀ ਵਾਲੀ ਪੱਛਮੀ ਬੰਗਾਲ ਸਰਕਾਰ ਨੇ ਯੂਕੇ ਤੋਂ ਕਲਕੱਤਾ ਹਵਾਈ ਅੱਡੇ ਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਰੋਕ ਲਗਾਉਂਦਾ ਫੈਸਲਾ ਕਰ ਲਿਆ ਹੈ ਸੂਬਾ ਸਰਕਾਰ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਿਕ 3 ਜਨਵਰੀ ਤੋਂ ਯੂਕੇ ਤੋਂ ਕਲਕੱਤਾ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਬੰਗਾਲ ਦੇ ਵਿਧਿਕ ਮੁਖ ਸਕੱਤਰ ਬੀਪੀ ਗੋਪਾਲਿਕਾ ਵੱਲੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਰਾਜੀ ਬਾਸਨ ਨੋ ਲਿਖੇ ਪੱਤਰ ਦੇ ਵਿੱਚ ਉਹਨਾਂ ਨੇ ਸੂਬਾ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਆਪਣੇ ਪੱਤਰ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵਿਸ਼ਵ ਪੱਧਰ ਤੇ ਅਤੇ ਦੇਸ਼ ਦੇ ਅੰਦਰੋਂ ਮਿਕਰੋਨ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਥਾਈ ਤੌਰ ਤੇ ਅਤੇ ਅਗਲੇ ਹੁਕਮ ਤੱਕ ਯੂਨਾਈਟਿਡ ਕਿੰਗਡਮ ਤੋਂ ਕੋਲਕਾਤਾ ਤੱਕ 3 ਜਨਵਰੀ 2022 ਤੋਂ ਸਿੱਧੀਆਂ ਉਡਾਣਾਂ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ ਯੂਕੇ ਭਾਰਤ ਸਰਕਾਰ ਦੇ ਵੱਲੋਂ ਨੋਟੀਫਾਈਡ ਇੱਕ ਜੋਖਮ ਵਾਲਾ ਦੇਸ਼ ਹੈ ਇਸ ਦੇ ਲਈ ਸੂਬੇ ਦੇ ਵਿੱਚ ਉਡਾਣਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਤੇ ਜਾਰੀ ਕੀਤੇ ਗਏ ਕਿਸੇ एनओसी ਨੂੰ ਵਾਪਸ ਲੈ ਲਿਆ ਜਾਏਗਾ 코로나 వైరస్ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅਮਰਾਦ 에어ਲਾਈਨਸ ਨੇ 28 ਦਸੰਬਰ 2021 ਤੋਂ ਅਗਲੇ ਨੋਟਿਸ ਤੱਕ 8 ਸਥਾਨਾਂ ਤੋਂ ਯਾਤਰਾਵਾਂ ਸੇਵਾਵਾਂ ਨੂੰ ਮੁਤਲ ਕਰਨ ਦਾ ਐਲਾਨ ਕੀਤਾ ਹੈ ਸੋ ਅਮੀਰਾਤ 에어ਲਾਈਨ ਨੇ ਅਗਲੇ ਨੋਟਿਸ ਤੱਕ 8 ਸਥਾਨਾਂ ਤੋਂ ਉਡਾਣਾ ਰੋਕ ਦਿੱਤੀਆਂ ਨੇ ਦੁਬਈ ਤੋਂ ਇਹਨਾਂ ਸਥਾਨਾਂ ਦੇ ਲਈ ਆਊਟ ਬਾਉਂਡ ਯਾਤਰਾ ਸੰਚਾਰਨ ਪ੍ਰਭਾਵਿਤ ਨਹੀਂ ਰਹਿਣਗੇ 에어ਲਾਈਨ ਦੀ ਵੈਬਸਾਈਟ ਤੇ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਫਰੀਕਾ ਦੇ 8 ਸਥਾਨਾਂ ਤੋਂ ਦੁਬਈ ਦੇ ਪ੍ਰਵੇਸ਼ ਅਤੇ ਆਵਾਜਾਈ ਦੇ ਨਾਲ-ਨਾਲ ਕੋਨਾਕਰੀ ਤੋਂ ਡਿਕਾਰ ਤੱਕ ਉਹਨਾਂ ਦੀਆਂ ਉਡਾਣਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਨੇ 에어ਲਾਈਨ ਦੇ ਵੱਲੋਂ ਕੁਝ ਸਥਾਨਾਂ ਤੇ ਆਵਾਜਾਈ ਦੇ ਲਈ ਰੋਕ ਲਗਾਈ ਗਈ ਹੈ ਬੀਤੇ ਦਿਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਟਰੱਕ ਦੀ ਚੈਕਿੰਗ ਦੌਰਾਨ ਇੱਕ ਸਮੂਹ ਨੂੰ ਇੱਕ ਵਪਾਰ ਟਰੱਕ ਦੇ ਰੂਪ ਦੇ ਵਿੱਚ 28000 ਤੋਂ ਵੱਧ ਦੇ ਕਰੀਬ ਚਾਕੂਆਂ ਨੂੰ ਲੈ ਕੇ ਜਾ ਰਿਹਾ ਸੀ ਜਿਸ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਜਬਤ ਕਰ ਲਿਆ ਗਿਆ ਜੋ ਪੂਰੀ ਮਾਤਰਾ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਦੌਰਾਨ ਇਹ ਚਾਕੂ ਗੈਰ ਦਸਤਾਵੇਜੀ ਦੇ ਵਜੋਂ ਲਿਜਾਏ ਜਾ ਰਹੇ ਸਨ ਜ ਜੁਨਾਂ ਦੀ ਕੀਮਤ 172000 ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਉਹਨਾਂ ਨੂੰ ਸਵਿਚ ਬਲੇਡਾਂ ਦੇ ਵਜੋਂ ਵਿਭਾਗ ਨੇ ਜਬਤ ਕਰ ਲਿਆ ਹੈ ਸੋ ਕੈਨੇਡਾ ਬਾਰਡਰ ਸਰਵਿਸਸ ਐਜੰਸੀ ਦੇ ਅਨੁਸਾਰ ਇਹ 5 ਜਨਵਰੀ 2018 ਤੋਂ ਬਾਅਦ ਇੱਕ ਵੱਡੀ ਗਿਣਤੀ ਦੇ ਵਿੱਚ 28000 ਦੇ ਕਰੀਬ ਗੈਰ ਦਸਤਾਵੇਜ਼ ਤੋਂ ਬਰਾਮਦ ਕੀਤੇ ਗਏ ਨੇ ਜਦੋਂ ਸੀਬੀਐਸਏ ਨੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਵਾਲੀਆਂ ਚੀਜ਼ਾਂ ਬਾਰੇ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਸਨ ਅਤੇ ਇਹ ਉਹ ਚਾਕੂ ਸਨ ਜੋ ਤੁਹਾਡੇ ਗੁੱਟ ਦੇ ਝਟਕੇ ਨਾਲ ਖੋਲੇ ਜਾ ਸਕਦੇ ਨੇ ਜੋ ਵਰਜਿਤ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਰੂਸੀ ਹਮਰਤਬਾ ਵਲਾਦੀਮੀ ਪੁਤਿਨ ਯੂਕਰੇਨ ਨੇੜੇ ਰੂਸੀ ਜਹਾਜ਼ ਦੀ ਉਡਾਣ ਰਹੀ ਫੌਜ ਮੌਜੂਦਗੀ ਤੇ ਫੋਨ ਤੇ ਗੱਲਬਾਤ ਕਰਨਗੇ ਇਸ ਸੰਕਟ ਨੂੰ ਖਤਮ ਕਰਨ ਦੀ ਦਿਸ਼ਾ 'ਚ ਬੇਹੱਦ ਮਾਮੂਲੀ ਪ੍ਰਗਤੀ ਦਰਮਿਆਨ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦੂਜੀ ਵਾਰ ਫੋਨ ਤੇ ਗੱਲਬਾਤ ਕਰਨਗੇ ਦੋਵਾਂ ਨੇਤਾਵਾਂ ਨੇ ਵੀਰਵਾਰ ਨੂੰ ਫੋਨ ਤੇ ਗੱਲਬਾਤ ਕਰਨ ਤੋਂ ਪਹਿਲਾਂ ਵਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਬਾਈਡਨ ਪੁਤਿਨ ਨੂੰ ਇਹ ਸਪੱਸ਼ਟ ਕਰ ਦੇਣਗੇ ਕਿ ਇੱਕ ਕੂਟਨੀਤਿਕ ਰਸਤਾ ਹਮੇਸ਼ਾ ਖੁੱਲਿਆ ਰਹੇਗਾ ਭਲੇ ਹੀ ਰੂਸ ਨੇ ਕਰੀਬ 1 ਲੱਖ ਫੌਜੀਆਂ ਨੂੰ ਯੂਕਰੇਨ ਦੇ ਵੱਲ ਭੇਜਿਆ ਹੋਵੇ ਅਤੇ ਪੁਤਿਨ ਨੇ ਪੂਰਬੀ ਯੂਰਪ ਦੇ ਵਿੱਚ ਸੁਰੱਖਿਆ ਗਰੰਟੀ ਦੇ ਲਈ ਆਪਣੀਆਂ ਮੰਗਾਂ ਨੂੰ ਅੱਗੇ ਵਧਾਇਆ ਹੋਵੇ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ ਤੇ ਦੱਸਿਆ ਹੈ ਕਿ ਬਾਈਡਨ ਇਸ ਗੱਲ ਨੂੰ ਦੁਹਰਾਉਣਗੇ ਕਿ ਗੱਲਬਾਤ ਦੇ ਵਿੱਚ ਅਸਲ ਪ੍ਰਗਤੀ ਉਸ ਵੇਲੇ ਹੋ ਸਕਦੀ ਹੈ ਜਦੋਂ ਉਥੋਂ ਫੌਜੀਆਂ ਨੂੰ ਹਟਾਉਣ ਦੀ ਗੱਲ ਹੋਵੇ ਨਾ ਕਿ ਵਧਾਉਣ ਦੀ ਗੱਲ ਕੈਨੇਡਾ ਐਨਰਿਸਕੂ ਦੇ ਵਿੱਚ ਪੰਜਾਬ ਦੇ ਬਾਬ ਢਿੱਲੋਂ ਸਨੇ ਭਾਰਤੀ ਮੂਲ ਦੇ 4 ਲੋਕਾਂ ਨੂੰ ਸਰਵੱਚ ਨਾਗਰਿਕ ਸਨਮਾਨ ਆਰਡਰ ਆਫ ਕੈਨੇਡਾ ਮਿਲਣ ਜਾ ਰਿਹਾ ਹੈ। ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਇਸ ਕਿਤਾਬ ਦੇ 135 ਲੋਕਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਦੇ ਵਿੱਚ ਬਾਬ ਢਿੱਲੋਂ ਸਨੇ 4 ਭਾਰਤੀ ਵੀ ਸ਼ਾਮਲ ਨੇ। ਕਿਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਕੈਨੇਡਾ ਦਾ ਇਸ ਸਰਵੱਚ ਨਾਗਰਿਕ ਸਰਮਾਉਨ ਉਸ ਦੇ ਬਾਰੇ ਵਿੱਚ ਮਿਹਨਤ ਲਗਨ ਤੇ ਸੇਵਾ ਭਾਵਨਾ ਦੇ ਲਈ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਪੰਜਾਬੀ ਅੱਜ ਕਈ ਮੁਲਕਾਂ ਦੇ ਵਿੱਚ ਵੱਡੇ ਵੱਡੇ ਉਦਿਆਂ ਤੇ ਕਾਰੋਬਾਰੀ ਦੇ ਵਿੱਚ ਮੋਰੀ ਭੂਮਿਕਾ ਨਿਭਾ ਰਹੇ ਨੇ ਇਸੇ ਤਰ੍ਹਾਂ ਕੈਨੇਡਾ ਦੇ ਕੈਲਗਰੀ ਦੇ ਰੀਅਲ ਏਸਟੇਟ ਦੇ ਹੀਰੋ ਮੰਨੇ ਜਾਂਦੇ ਨਵਜੀਤ ਸਿੰਘ ਢਿੱਲੋਂ ਉਰਫੋ ਬਾਬ ਢਿੱਲੋਂ ਕੈਨੇਡਾ ਦੇ ਨਾਮੀ ਕਾਰੋਬਾਰੀਆਂ ਦੇ ਵਿੱਚੋਂ ਇੱਕ ਨੇ ਨਵਜੀਤ ਢਿੱਲੋਂ ਤੋਂ ਬਿਨਾ ਜਿਹੜੇ ਤਿੰਨ ਹੋਰ ਭਾਰਤੀ ਕੈਨੇਡਾ ਦੇ ਸਰਵੋੱਚ ਨਾਗਰਿਕ ਸਨਮਾਨ ਦੇ ਲਈ ਚੁਣੇ ਗਏ ਨੇ ਉਹਨਾਂ ਦੇ ਵਿੱਚ অন্ਟਾਰੀਓ ਦੇ ਗ੍ਰੀਲੀ ਦੇ ਵਾਸੀ ਪ੍ਰਦੀਪ ਮੋਰਚੰਡ ਕਿਊਬੈਕ ਦੇ ਵਾਸੀ ਨੀ ਦੁਵਿੰਦਰ ਅਤ ਮਿਸਿਗਾਗਦੇ ਵਾਸੀ ਵਾਕਯਚਮ ਸ਼ਾਮਿਲ ਦੱਸਿਆ ਜਾ ਰਹੇ ਹਨ ਸ਼ਹੀਦ ਉਦਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਸੈਕਟਮੈਂਟੋ ਕੈਲੀਫੋਰਨੀਆ ਦੇ ਵੱਲੋਂ ਗਦਰੀ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਇਸ ਦੇ ਵਿੱਚ ਫਾਊਂਡੇਸ਼ਨ ਦੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਨੇ ਹਾਜ਼ਰੀ ਭਰੀ ਹੈ ਇਸ ਮੌਕੇ ਬੋਲਦੇ ਫਾਊਂਡੇਸ਼ਨ ਦੇ ਪ੍ਰਧਾਨ ਗੁਲਿੰਦਰ ਸਿੰਘ ਗਿੱਲ ਨੇ ਸੂ ਮੂਸਰੋਤਿਆਂ ਤੇ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਹੈ ਅਤੇ ਸ਼ਹੀਦ ਉਦਮ ਸਿੰਘ ਦੀ ਜੀਵਨੀ ਬਾਰੇ ਵਿਸਥਾਰ ਦੇ ਨਾਲ ਜਾਣਨਾ ਪਾਇਆ ਹੈ ਫਾਊਂਡੇਸ਼ਨ ਦੇ ਸਰਪ੍ਰਸਤ ਚੰਨ ਸਿੰਘ ਜੱਜ ਨੇ ਕਿਹਾ ਹੈ ਕਿ ਸ਼ਹੀਦ ਉਦਮ ਸਿੰਘ ਇੱਕ ਇਨਕਲਾਬੀ ਲਹਿਰ ਸਨ ਸਾਨੂੰ ਉਹਨਾਂ ਦੇ ਜਾਨਾਂ ਤੇ ਪੈਰਾ ਦਿਨਾਂ ਚਾਹੀਦੇ ਅਤੇ ਸ਼ਹੀਦਾਂ ਦੇ ਇਤਿਹਾਸ ਸਾਹਮਣੇ ਲਈ ਸਾਂਝਾ ਯਤਨ ਕਰਨੇ ਚਾਹੀਦੇ ਨੇ ਇਸ ਦੌਰਾਨ ਬੋਲਦਿਆਂ ਉੱਗੇ ਸਿੱਖ ਆਗੂ ਗੁਰਜਤਿੰਦਰ ਸਿੰਘ ਰੰਧਾਵਾ ਨੇ ਸੁਝਾਅ ਦਿੱਤਾ ਹੈ ਕਿ ਸ਼ਹੀਦ ਉਦਮ ਸਿੰਘ ਨੂੰ ਭਾਰਤ ਸਰਕਾਰ ਦੇ ਵੱਲੋਂ ਸ਼ਹੀਦ ਐਲਾਨਣ ਦੇ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ ਸ਼ਹੀਦ ਉਦਮ ਸਿੰਘ ਦੇ ਨਾਲ ਸੰਬੰਧਿਤ ਵਸਤੂਆਂ ਤੇ ਦਸਤਾਵੇਜ਼ ਸੁਨਾਮ ਵਿਖੇ ਬਣੇ ਮਿਊਜ਼ੀਅਮ ਦੇ ਵਿੱਚ ਸਾਹਮਣੇ ਚਾਹੀਦੇ ਨੇ ਭਾਰਤ ਦੇ ਵਿੱਚ ਸ਼ਹੀਦ ਉਦਮ ਸਿੰਘ ਦੇ ਵੱਖ-ਵੱਖ ਥਾਵਾਂ ਤੇ ਲੱਗੇ ਬੁੱਤ ਉਸ ਦੀ ਅਸਲੀ ਫੋਟੋ ਦੇ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ ਹੋਰ ਵੀ ਬੁਲਾ ਰਹੇ ਨੇ ਆਪਣੇ ਵੀ ਚਾਰ ਪੇਸ਼ ਕੀਤੇ ਨੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਰਵੈਲ ਸਿੰਘ ਦਾ ਲੋਹਾਰ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਹੈ ਬੀਤੇ ਕਈ ਦਿਨਾਂ ਤੋਂ ਰਵੈਲ ਸਿੰਘ ਲੋਹਾਰ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਸਨ ਉਹਨਾਂ ਦੇ ਪੁੱਤਰ ਐਮ ਐਨ ਪੀ ਮੋਹਿੰਦਰਪਾਲ ਸਿੰਘ ਅਤੇ ਹੋਰ ਨਜ਼ਦੀਕੀ ਪਰਿਵਾਰਿਕ ਮੈਂਬਰ ਲੋਹਾਰ ਹਸਪਤਾਲ ਦੇ ਵਿੱਚ ਮੌਜੂਦ ਸਨ ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਛੇ ਧੀਆਂ ਛੱਡ ਗਏ ਨੇ ਰਵੈਲ ਸਿੰਘ ਸਾਰੀ ਜ਼ਿੰਦਗੀ ਗੁਰਦੁਆਰਾ ਜਨਮ ਸਥਾਨ 'ਚ ਸੇਵਾਵਾਂ ਨਿਭਾਉਂਦੇ ਰਹੇ ਰਵੈਲ ਸਿੰਘ ਪਾਕਿਸਤਾਨ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਦੇ ਸੋਹਰਾ ਸਾਹਿਬ ਜਨ ਚਾਵਲਾ ਨੇ ਕਿਹਾ ਕਿ ਰਵੇਲ ਸਿੰਘ ਦਾ ਅੰਤਿਮ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਜਾਏਗਾ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਨੇ ਅਰਬ ਸਾਗਰ ਦੇ ਵਿੱਚ 385 ਕਿਲੋਗ੍ਰam ਹੈਰੋਇਨ ਜ਼ਬਤ ਕੀਤੀ ਹੈ ਜਿਸ ਦੀ ਕੀਮਤ ਲਗਭਗ 4 ਲੱਖ ਅਮਰੀਕੀ ਡਾਲਰ ਹੈ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਅੰਤਰਰਾਸ਼ਟਰੀ ਟਾਸਕ ਫੋਰਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਯੂਐਸ ਦੀ ਸਮੁੰਦਰੀ ਜਹਾਜ਼ਾਂ ਯੂਐਸਐਸ ਟੈਂਪਸਟ ਅਤੇ ਯੂਐਸਐਸ ਟਾਈਫੂਨ ਦੇ ਮੱਧਪੂਰਬੀਏ ਪਾਣੀਆਂ ਦੇ ਵਿੱਚ ਮੱਛੀ ਫੜਨ ਵਾਲੇ ਬੇੜੇ ਦੇ ਵਿੱਚ ਲੁਕੋਏ ਗਏ ਨਸ਼ੇਲੇ ਪਦਾਰਥ ਜ਼ਬਤ ਕੀਤੇ ਗਏ ਨੇ ਇਹ ਜਹਾਜ਼ ਤੇ ਕਿਸੇ ਦੇਸ਼ ਦਾ ਨਾਂ ਨਹੀਂ ਸੀ ਅਮਰੀਕੀ ਜਲ ਸੈਨਾ ਦੇ ਬੁਲਾਰੇ ਟਿਮੋਥੀ ਹੰਕੇਸ ਨੇ ਕਿਹਾ ਕਿ ਜਲ ਸੈਨਾ ਨੇ ਦੱਸਿਆ ਹੈ ਕਿ ਮੱਛੀ ਫੜਨ ਵਾਲਾ ਜਹਾਜ਼ ਈਰਾਨ ਤੋਂ ਆ ਰਿਹਾ ਸੀ ਉਹਨਾਂ ਨੇ ਕਿਹਾ ਕਿ ਚਾਲਕ ਦਲ ਨੇ ਸਾਰੇ 9 ਮੈਂਬਰਾਂ ਦੀ ਪਛਾਣ ਈਰਾਨੀ ਨਾਗਰਿਕਾਂ ਵਜੋਂ ਹੋਈ ਹੈ ਗੁਰਗੋਬਿੰਦ ਸਿੰਘ ਜੀ ਵੱਲੋਂ ਪੰਥ ਦੀ ਖਾਤਰ ਆਪਣੇ ਜਿਗਰ ਦੇ ਟੁਕੜੇ ਚਾਰੇ ਸਾਹਿਬਜ਼ਾਦਿਆਂ ਦਾ ਬਲੀਦਾਨ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਘਟਨਾ ਹੈ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸਰਸਾ ਨਦੀ ਤੇ ਪਰਿਵਾਰ ਦਾ ਵਿੱਚ ਛੋੜਾ ਪੈਣਾ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਮੈਦਾਨੇ ਜੰਗ ਦੇ ਵਿੱਚ ਸੂਰਮ ਗਤੀ ਪ੍ਰਾਪਤ ਕਰਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਨੀਹਾਂ ਦੇ ਵਿੱਚ ਜਿਣੇ ਜਾਣਾ ਪੰਜਾਬ ਦੀ ਅਣਖ ਚੜ੍ਹਦੀ ਕਲਾ ਤੇ ਕੁਰਬਾਨੀ ਦਾ ਇੱਕ ਅਜਿਹਾ ਪੰਨਾ ਹੈ ਜਿਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਅਤੇ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਕੜੀ ਦੇ ਤਹਿਤ ਟੀਮ ਵਾਕ ਚਾਰ ਸਹਿਬਜ਼ਾਦੇ, ਬਿੱਟੂ ਦਾ ਕੈਮਰਾ ਅਤੇ ਐਕਟਿਵ ਪੰਜਾਬੀਜ਼ ਦੇ ਵੱਲੋਂ ਲੰਡਨ ਦੇ ਵਿੱਚ ਟਾਵਰ ਬ੍ਰਿਜ ਤੋਂ ਟ੍ਰੂ ਫਾਲਗਰ ਸਕੇਅਰ ਤੱਕ ਪੈਦਲ ਯਾਤਰਾ ਕੀਤੀ ਗਈ ਹੈ ਜਿਸ ਵਿੱਚ ਵੱਡੇ ਭੱਜੜ ਤੇ ਸੰਤਾਨੀ ਹਿੱਸਾ ਲਿਆਏ। ਸੰਗਤਾਈ ਕਾਠ ਸਿਟੀ ਹਾਲ ਤੋਂ ਬੋਲੇ ਸੋਨਿਹਾਲ ਦੇ ਜਕਾਰਿਆਂ ਦੇ ਨਾਲ ਆਰੰਭ ਹੋਇਆ ਸ਼ੁਰੂਆਤ ਦੇ ਵਿੱਚ ਗੁਰਬੀਰ ਸਿੰਘ ਬਿੱਟੂ ਖੰਗੂੜਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਹੈ ਅਤੇ ਇਸ ਕਾਰਜ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਅਜ਼ੀਮ ਸ਼ੇਖਰ ਅਤੇ ਅਸ਼ਿੰਦਰ ਸਿੰਘ ਗਿੱਲ ਨੇ ਉੱਚੇ ਤੌਰ ਤੇ ਇਸ ਚਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਵਾਕ ਚਾਰ ਸਹਿਬਜ਼ਾਦੇ ਦੇ ਮੁੱਢਲੇ ਮੈਂਬਰ ਸਰਬਜੀਤ ਸਿੰਘ ਨੇ ਸੰਗਤਾਂ ਦਾ ਨਿਰਦੇਸ਼ਨ ਕੀਤਾ ਹੈ। ਇਹ ਚਾਲ ਟਾਵਰ ਆਫ ਲੰਡਨ ਦੇ ਉੱਪਰ ਦੀ ਹੁੰਦੀ ਹੋਈ ਸਿਟੀ ਆਫ ਲੰਡਨ ਦੇ ਵਿਚਕਾਰੋਂ ਦੀ ਲੰਕੀ 15 ਸਾਲ ਦੀ ਉਮਰ ਦੇ ਬੱਚਿਆਂ ਤੋਂ ਲੈ ਕੇ ਗਾਨੇ 20 ਦੇ ਵਿੱਚ ਹਿੱਸਾ ਲਿਆਈ। ਕੁਲ ਮਿਲਾ ਕੇ ਇਹ ਇੱਕ ਪਰਿਵਾਰਿਕ ਪੱਦਰ ਦਾ\,ਕਾਰਜ ਸੀ ਜੋ ਦਸ਼ਮੇਸ਼ ਪਿਤਾ ਤੇ ਉਹਨਾਂ ਦੇ ਪਰਿਵਾਰ ਦੇ ਵੱਲ ਸਮੂਹ ਸੰਕਾ ਦੇ ਸੱਚੀ ਸ਼ਰਧਾਂਜਲੀ ਸੀ। ਇਹ ਚਾਲ ਲੰਡਨ ਦੀ ਇਤਿਹਾਸਿਕ ਥਾਵਾਂ ਤੋਂ ਲੰਘਦੀ ਹੋਈ ਸੈਂਟ ਪੌਲ ਰਾਇਲ ਕੋਰਟ ਆਫ ਜਸਟਿਸ ਤੋਂ ਨਿਕਲਦੀ ਹੋਈ ਆਪਣੇ ਮਿੱਥੇ ਥਾਂ ਨਿਸ਼ਾਨੇ ਟਰਫਾਲਗਰ ਸਕੇਅਰ ਤੇ ਪੁੱਜੀ ਹੈ। ਰੇਲੇ ਦੀ ਰਾਜਸਟਾਨੀ ਕੈਨ ਪ੍ਰਦਰਭਿਤ ਵੀਰਵਾਰ ਨੂੰ ਆਦੀਵਾਸੀ ਪ੍ਰਭੂਸਤਾ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਸੰਸਦੀ ਇਮਾਰਤ ਤੇ ਤਾਵਾ ਬੋਲ ਦਿੱਤਾ ਅਤੇ ਇਸ ਨੂੰ ਅਗ ਲਗਾ ਦਿੱਤੀ ਹੈ ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਇੱਥੇ ਪੁਰਾਣੀ ਸੰਸਦ ਭਵਨ ਦੇ ਸਾਹਮਣੇ ਵਾਲੇ ਲੌਂਗ ਦੇ ਵਿੱਚ ਕੁਆਲਿਟੀ ਟੈਂਟ ਅੰਬੈਸੀ ਦੇ ਗਠਨ ਦੀ ਪੰਜਾਬੀ ਵਰਗਣ ਨੂੰ ਲੈ ਕੇ ਆਦੀਵਾਸੀ ਪਿਛਲੇ 14 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਹਿੰਸਕ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੇ ਵਿੱਚ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਲੋਕਤੰਤਰ ਦੇ ਪ੍ਰਤੀਕ ਨੂੰ ਆਗ ਲਗਾਉਣ ਦੇ ਆਸਟ੍ਰੇਲੀਆਈ ਲੋਕਾਂ ਦੇ ਇਸ ਬhiti ਦੇ ਤੋਂ ਮੈਂ ਬਹੁਤ ਦੁਖੀ ਅਤੇ ਸਦਮੇ ਦੇ ਵਿੱਚ ਹਾਂ ਉਪਪਰਦਾਨ ਮંત્રી ਬਰਨਬੇ ਜਾਇਸ ਨੇ ਕਿਹਾ ਹੈ ਕਿ ਆਗਲਗੋਣਾ ਕਾਨੂੰਨ ਮੁਤਾਬਿਕ ਕੀਤਾ ਗਿਆ ਪ੍ਰਦਰਸ਼ਨ ਨਹੀਂ ਹੈ ਸਗੋ ਇਹ ਇੱਕ ਗੰਭੀਰ ਅਪਰਾਧ ਹੈ ਫ੍ਰਾਂਸ ਦੀ ਰਾਜਧਾਨੀ ਦੇ ਵਿੱਚ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਬਾਹਰ ਨਿਕਲਣ ਸਮੇਂ ਸ਼ੁੱਕਰਵਾਰ ਤੋਂ ਲਾਜ਼ਮੀ ਰੂਪ ਦੇ ਨਾਲ ਮਾਸਕ ਪਾਉਣਾ ਜ਼ਰੂਰੀ ਹੈ ਕਿਉਂਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਓਮਿਕਰੋਨ ਵੈਰੀਐਂਟ ਕਾਰਨ ਇਨਫੈਕਸ਼ਨ ਦੀ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਪੈਰਿਸ ਪੁਲਿਸ ਨੇ ਕਿਹਾ ਹੈ ਕਿ ਸੰਬੰਧਿਤ ਨਿਯਮ 12 ਸਾਲ ਅਤੇ 23 ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ ਲਾਗੂ ਹੋਵੇਗਾ ਹਾਲਾਂਕਿ ਸਾਈਕਲ ਜਾਂ ਮੋਟਰਸਾਈਕਲ ਆਪਨੇ ਵਾਹਨ ਤੇ ਵਿੱਚ ਯਾਤਰਾ ਕਰਨ ਅਤੇ ਕਸਰ ਦੌਰਾਨ ਇਸ ਤੋਂ ਛੋਟ ਹੋਵੇਗੀ ਅਧਿਕਾਰੀਆਂ ਨੇ ਕਿਹਾ ਹੈ ਕਿ ਨਿਯਮ ਦਾ ਪਾਲਣ ਨਾ ਕਰਨ ਵਾਲਿਆਂ ਤੇ 135 ਯੂਰੋ ਦਾ ਜੁਰਮਾਨਾ ਲੱਗੇਗਾ ਦੇਸ਼ ਦੇ ਦੁਕਾਨਾਂ ਜਨਤਕ ਥਾਵਾਂ ਦਫ਼ਤਰ ਅਤੇ ਜਨਤਕ ਆਵਾਜਾਈ ਦੇ ਵਿੱਚ ਮਾਸਕ ਪਾਉਣਾ ਪਹਿਲੇ ਤੋਂ ਵੀ ਲਾਜ਼ਮੀ ਹੈ ਫਰਾਂਸ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਖਹਿਰ ਦੇ ਨਾਲ ਜੱਠਣ ਦੇ ਉਪਾਅ ਦਾ ਐਲਾਨ ਅਚੇਹੇ ਸਮੇਂ ਕੀਤਾ ਹੈ ਜਦ ਦੇਸ਼ ਦੇ ਵਿੱਚ ਬੁੱਧਵਾਰ ਨੂੰ 2 ਲੱਖ 8000 ਨਵੇਂ ਮਾਮਲੇ ਸਾਹਮਣੇ ਆਏ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਪਬਲਿਕ ਯੂਨੀਵਰਸਿਟੀ ਨੇ ਇੱਥੇ ਪੜਨ ਵਾਲੇ ਮੁੰਡੇ ਕੁੜੀਆਂ ਦੇ ਲਈ ਟਾਈਟ ਜੀਨਸ ਛੋਟੀਆਂ ਕਮੀਜ਼ਾਂ ਤੇ ਬੈਨ ਲਗਾ ਦਿੱਤਾ ਹੈ ਇੱਥੇ ਉਹਨਾਂ ਦੇ ਲਈ ਇੱਕ ਨਵਾਂ ਡਰੈਸ ਕੋਡ ਲਾਗੂ ਕੀਤਾ ਗਿਆ ਹੈ ਰਿਪੋਰਟਾਂ ਦੇ ਮੁਤਾਬਿਕ ਟੋਬਾ ਟੇਕ ਸਿੰਘ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਫੈਲਸਲਾਬਾਦ ਦੇ ਸਬ ਕੈਂਪਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਮੁੰਡਿਆਂ ਨੂੰ ਸ਼ਾਰਟਸ ਕੱਟ ਆਫ ਜੀਨਸ ਮਲਟੀ ਪਾਕਟ ਫੈਡੇਡ ਫਰਟੀ ਅਤੇ ਫਿਟਡ ਜੀਨਸ ਦੇ ਟਰੌਜ਼ਰਸ ਅਤੇ ਕਿਸੇ ਵੀ ਕਿਸਮ ਦੇ ਮੈਸੇਜ ਵਾਲੀਆਂ ਟੀ-ਸ਼ਰਟਾਂ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ ਵਿਦਿਆਰਥੀਆਂ ਦੇ ਲਈ ਚਪਲ ਸਲੀਪਰਸ ਟੋਪੀਆਂ ਕਿਸੇ ਵੀ ਕਿਸਮ ਦੀ ਬਿਨਾ ਬਾਹਾਂ ਵਾਲੀ ਟੀ-ਸ਼ਰਟ ਲੰਬੇ ਵਾਲ ਅਤੇ ਪੋਨੀ ਟੇਲ ਕੰਨਾਂ ਦੇ ਵਿੱਚ ਵਾਲੀਆਂ ਰਿਸਟ ਸਟ੍ਰੈਪਸ ਅਤੇ ਬ੍ਰੇਸਲੇਟ ਪਹਿਨਣ ਤੇ ਵੀ ਪਾਬੰਦੀ ਲਗਾਈ ਗਈ ਹੈ ਦੂਜੇ ਪਾਸੇ ਵਿਦਿਆਰਥਣਾਂ ਦੇ ਲਈ ਡਰੈਸ ਕੋਡ ਮੁਤਾਬਕ ਕੁੜੀਆਂ ਨੂੰ ਟੀ-ਸ਼ਰਟਾਂ ਦੇ ਨਾਲ ਜੀਨਸ 슬ੀਵਲੈਸ ਸ਼ਰਟ ਸੀ-ਥਰੂ ਅਤੇ ਇਸਕਿੰਟ ਟਾਈਟ ਡਰੈਸ ਦੇ ਨਾਲ ਲ T-ਸ਼ਰਟ ਪਹਿਨਣ ਤੇ ਵੀ ਪਾਬੰਦੀ ਲਗਾਈ ਗਈ ਹੈ। ਉਹਨਾਂ ਨੂੰ ਚਮਕੀਲੇ ਗਹਿਣੇ, ਚਾਂਜਰਾਂ ਤੇ ਜ਼ਿਆਦਾ ਮੇਕਅੱਪ ਦੀ ਵਰਤੋਂ ਕਰਨ ਤੋਂ ਵੀ ਰੋਕਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਮਹਾਮਾਰੀ ਦਾ ਗੰਭੀਰ ਤੌਰ ਦੇ ਵਿੱਚ 2022 ਦੇ ਵਿੱਚ ਖਤਮ ਹੋ ਸਕਦਾ ਹੈ ਪਰ ਸੰਕਟ ਤੋਂ ਬਾਹਰ ਨਿਕਲਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਜੁਲਾਈ ਦੀ ਸ਼ੁਰੂਆਤ ਤੱਕ ਹਰ ਦੇਸ਼ ਆਪਣੀ 70% ਦੀ ਆਬਾਦੀ ਦਾ ਟੀਕਾਕਰਨ ਪੂਰਾ ਕਰ ਲਵੇ ਉਹਨਾਂ ਨੇ ਕਿਹਾ ਹੈ ਕਿ ਨਵੇਂ ਸਾਲ ਦੇ ਮੌਕੇ ਸਾਰੇ ਦੇਸ਼ਾਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੈਡ ਰੋਸ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਸਿਹਤ ਸੇਵਾਵਾਂ ਦੇ ਵਿੱਚ ਨਾ ਬਰਾਬਰੀ ਨੂੰ ਖਤਮ ਕਰਨਾ ਹੀ ਮਹਾਮਾਰੀ ਨੂੰ ਖਤਮ ਕਰਨ ਦੀ ਕੁੰਜੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਮਾਂ ਰਾਸ਼ਟਰਵਾਦ ਤੋਂ ਉੱਪਰ ਉਠਣ ਅਤੇ ਵੈਕਸੀਨ ਅਸਮਾਨਤਾ ਨੂੰ ਖਤਮ ਕਰਕੇ ਆਬਾਦੀ ਅਤੇ ਆਰਥਿਕਤਾਵਾਂ ਦੀ ਰੱਖਿਆ ਕਰਨਦਾ ਹੈ WHO ਮੁੱਖੀ ਮੁਤਾਬਿਕ ਜਿਨ੍ਹਾਂ ਗਰੀਬ ਦੇਸ਼ਾਂ ਦੀ ਵੈਕਸੀਨ ਤੱਕ ਪਹੁੰਚ ਨਹੀਂ ਹੈ ਉਹਨਾਂ ਦੀ ਮਦਦ ਕਰਨ ਦੇ ਨਾਲ ਵਿਸ਼ਵ ਭਰ ਦੀ ਆਬਾਦੀ ਨੂੰ ਮਹਾਮਾਰੀ ਦੇ ਹੋਰ ਗੰਭੀਰ ਰੂਪ ਤੋਂ ਬਚਾਇਆ ਜਾ ਸਕਦਾ ਹੈ ਪਾਤੀ ਕਿਸਾਨ ਯੂਨੀਅਨ ਦੀ ਆਗੂ ਬਲਬੀਰ ਸਿੰਘ ਰਾਜਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੇ ਵੱਡੇ ਇਲਜ਼ਾਮ ਲਗਾਏ ਨੇ ਰਾਜਵਾਲ ਨੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੀ ਜਿਸ ਤਰ੍ਹਾਂ ਦੀ ਹੁਣ ਹਾਲਤ ਹੈ ਉਸ ਤੋਂ ਕੋਈ ਚਿੰਤਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਹੁਤ ਵਧੀਆ ਨਹੀਂ ਹੈ ਇਸ ਦੇ ਲਈ ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਆਪਣਾ ਭਵਿੱਖ ਸੰਭਾਲਣ ਦੇ ਲਈ ਬਾਹਰ ਨਿਕਲਣ ਕਿਉਂਕਿ ਰਵਾਇਤੀ ਪਾਰਟੀਆਂ ਦੇ ਏਜੰਡੇ ਦੇ ਵਿੱਚ ਆਮ ਲੋਕ ਨਹੀਂ ਨੇ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਕੁੱਟ-ਕੁੱਟ ਕੇ ਕੁਰਬਾਨੀ ਭਰੀ ਹੋਈ ਹੈ ਅਤੇ ਇਹ ਇੱਕ ਆਨੰਦ ਅंदोलਨ ਦੇ ਅਸਲੀ ਯੋਧੇ ਤੇ ਸੇਵਾਦਾਰ ਬਣੇ ਨੇ ਇਸ ਦੌਰਾਨ ਸੰਜੁਕਤ ਸਮਾਜ ਮੋਰਚੇ ਦੇ ਚੋਣਾਂ ਦੇ ਵਿੱਚ ਆਉਣ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਵਾਲ ਨੇ ਕਿਹਾ ਕਿ ਉਹਨਾਂ ਦੀ ਪੂਰੀ ਤਿਆਰੀ ਹੈ ਉਹਨਾਂ ਨੇ ਕਿਹਾ ਹੈ ਕਿ ਕਿਸੇ ਸਿਆਸੀ ਪਾਰਟੀ ਦੇ ਨਾਲ ਸਮਝੌਤੇ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਅਤੇ ਜਦੋਂ ਹੋਵੇਗਾ ਤਾਂ ਸਾਰਿਆਂ ਨੂੰ ਜ਼ਰੂਰ ਦੱਸਿਆ ਜਾਏਗਾ ਵਿਧਾਨ ਸਭਾ ਤੋਂ ਨਾਲ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਇਸ ਦੌਰਾਨ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਸਰਜੀਕਲ ਸਟ੍ਰਾਈਕ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਤੱਕ ਰਾਣਾ ਸੋਢੀ ਫਤੇਜੰਗ ਬਾਜਵਾ ਤੇ ਬਲਵਿੰਦਰ ਲਾਟੀ ਜਹੇ ਕਾਂਗਰਸੀ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਸੂਤਰਾਂ ਦੇ ਮੁਤਾਬਿਕ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਵੱਡੇ ਕਾਂਗਰਸੀ ਚਿਹਰੇ ਵੀ ਭਾਜਪਾ ਦਾ ਰੁਖ ਕਰ ਸਕਦੇ ਨੇ ਕਾਂਗਰਸ ਦੇ ਦੋ ਵਿਧਾਇਕ ਫਤੇਜੰਗ ਬਾਜਵਾ ਅਤੇ ਬਲਵਿੰਦਰ ਸਿੰਘ ਲਾਟੀ ਦੇ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਜਿੱਥੇ ਮੱਜ ਦੇ ਵਿੱਚ ਪਾਰਟੀ ਦੇ ਕੈਪਟਨ ਮਿਲ ਗਏ ਨੇ ਉਹ ਸਿੱਖ ਚੇਰਿਆਂ ਨੂੰ ਪਾਰਟੀ ਦੇ ਵਿੱਚ ਲਿਆ ਕੇ ਭਾਜਪਾ ਨੇ ਇਹ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਵਿੱਚ ਇਕੱਲੇ ਹਿੰਦੂ ਚੇਰਿਆਂ ਨੂੰ ਨਹੀਂ ਸਗੋਂ ਸਿੱਖਾਂ ਨੂੰ ਵੀ ਪੈਲ ਦੇਣਗੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਸੁਭਾ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਹੈ ਕਿ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਨਹੀਂ ਕਰੇਗੀ ਅਤੇ ਸਮੂਹਿਕ ਰੂਪ ਦੇ ਵਿੱਚ ਚੋਣਾਂ ਲੜੇਗੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ ਨੇ ਕਿਹਾ ਕਿ ਪਾਰਟੀ ਨੇ ਕਦੇ ਵੀ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਨਾਮ ਨਹੀਂ ਲਿਆ ਅਤੇ ਕਿਹਾ ਹੈ ਕਿ ਇਹ ਸਿਰਫ ਇੱਕ અપਵਾਦ ਹੈ ਕਿ ਕਾਂਗਰਸ ਹਾਈ ਕਮਾਂਡ ਨੇ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ ਜਾਖੜ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ 2017 ਚਾਟਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ ਜੋ ਕਿ ਇੱਕ અપਵਾਦ ਸੀ ਹੁਣ ਵੀ ਅਸੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਾਂਗੇ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਸਾਂਝੀ ਅਗਵਾਈ ਦੇ ਵਿੱਚ ਲੜਾਂਗੇ ਉਮੀਦਵਾਰਾਂ ਦੇ ਚੋਣ ਦੇ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਜੀਮ ਆਕਨ ਦੀ ਅਗਵਾਈ ਹੇਠ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਅੱਜ ਕੋਮੀ ਰਾਜਧਾਨੀ ਦੇ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਜਾਕਰਮ ਆਕਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਮਜੋ ਸਿੰਘ ਸਿੰਤੂ ਸ਼ਾਮਿਲ ਹੋਏ ਨੇ ਇਸਨ ਅੱਜ ਦੀਆਂ ਖਾਸ ਖਬਰਾਂ ਤੇ ਅੰਤਰਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਨਲ ਪੰਜਾਬ ਮਿਲ ਯੂਐਸਟੀਵੀ ਨੂੰ ਕਰੋ ਸਬਸਕ੍ਰਾਈਬ ਧੰਨਵਾਦ